ਉਹ ਜਲਦੀ ਤੋਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਵਧੀਆ ਤੋਂ ਵਧੀਆ ਅਪਡੇਟਸ ਮਿਲਦੀਆਂ ਰਹਿਣ ਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਬਿਲਕੁਲ ਵੀ ਨਾ ਭੁੱਲਿਓ। ਸ਼ਾਨ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਨਿਸ਼ਾਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤਾਂ ਦਰਸ਼ਕੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਪੰਜਾਬੀ ਇੰਡਸਟਰੀ ਦੇ ਲੀਜੈਂਡ ਸਿੰਗਰ ਹੰਸਰਾਜ ਹੰਸ ਦੇ ਬਾਰੇ। ਹੰਸਰਾਜ ਹੰਸ ਜਿਨ੍ਹਾਂ ਨੂੰ ਲੈ ਕੇ ਇੱਕ ਪਾਸੇ ਲੋਕ ਉਹਨਾਂ ਦੀ ਕਾਫੀ ਜ਼ਿਆਦਾ ਪ੍ਰਸ਼ੰਸਾ ਵੀ ਕਰਦੇ ਹਨ ਕਿਉਂਕਿ ਪੰਜਾਬੀ ਇੰਡਸਟਰੀ ਦੇ ਉਹ ਲੇਜੈਂਡ ਸਿੰਗਰ ਹਨ ਜਿਨ੍ਹਾਂ ਨੇ ਬਾਲੀਵੁੱਡ ਤੱਕ ਆਪਣਾ ਕੂਚ ਕੀਤਾ, ਅਤੇ ਇਹੋ ਕਾਰਨ ਹੈ ਕਿ ਅੱਜ ਇੱਕ ਪਾਸੇ ਹੰਸਰਾਜ ਹੰਸ ਪੰਜਾਬੀ ਇੰਡਸਟਰੀ ਦੇ ਵੱਡੇ ਗਾਇਕ ਹਨ ਅਤੇ ਇੱਕ ਪਾਸੇ ਅੱਜ ਹੰਸਰਾਜ ਹੰਸ ਭਾਜਪਾ ਦੇ ਸੰਸਦ ਮੈਂਬਰ ਹਨ ਜਿਸ ਨੂੰ ਲੈ ਕੇ ਕਾਫੀ ਜ਼ਿਆਦਾ ਵਿਵਾਦ ਛਿੜਿਆ ਹੈ। ਹੰਸਰਾਜ ਹੰਸ ਕੁਝ ਸਮੇਂ ਪਹਿਲਾਂ ਭਾਜਪਾ ਦੇ ਸੰਸਦ ਮੈਂਬਰ ਬਣੇ ਜਿਸ ਨੂੰ ਲੈ ਕੇ ਉਹਨਾਂ ਸਮੇਂ ਦੇ ਵਿੱਚ ਕਾਫੀ ਜ਼ਿਆਦਾ ਖੁਸ਼ੀ ਜਤਾਈ ਸੀ ਲੋਕਾਂ ਨੇ ਅਤੇ ਹੰਸਰਾਜ ਹੰਸ ਨੂੰ ਕਾਫੀ ਜ਼ਿਆਦਾ ਸਪੋਰਟ ਵੀ ਕੀਤਾ ਸੀ। ਪਰ ਇੱਕ ਪਾਸੇ ਜਿੱਥੇ ਕਿਸਾਨਾਂ ਦੇ ਹੱਕ ਦੀ ਨਾ ਸੁਣਨ ਦੇ ਕਾਰਨ ਅੱਜ ਬੀਜੇਪੀ ਕਾਫੀ ਜ਼ਿਆਦਾ ਬਦਨਾਮ ਹੋ ਚੁੱਕੀ ਹੈ, ਉੱਥੇ ਹੰਸਰਾਜ ਹੰਸ ਨੂੰ ਵੀ ਕਾਫੀ ਜ਼ਿਆਦਾ ਬਦਨਾਮ ਕੀਤਾ ਜਾ ਰਿਹਾ ਹੈ। ਸਿਰਫ ਇਹੋ ਕਾਰਨ ਹੈ ਕਿ ਹੰਸਰਾਜ ਹੰਸ ਭਾਜਪਾ ਮੈਂਬਰ ਹਨ, ਯਾਨੀ ਬੀਜੇਪੀ ਮੈਂਬਰ ਹਨ, ਅਤੇ ਇਹੋ ਕਾਰਨ ਹੈ ਕਿ ਹੰਸਰਾਜ ਹੰਸ ਅੱਜ ਪੰਜਾਬ ਦੇ ਹੁੰਦੇ ਹੋਏ ਵੀ ਪੰਜਾਬ ਦੇ ਕਿਸਾਨਾਂ ਦੇ ਨਾਲ ਨਹੀਂ ਖੜੇ ਹੋ ਪਾ ਰਹੇ। ਇੱਕ ਵਾਰ ਹੰਸਰਾਜ ਹੰਸ ਕਿਸਾਨਾਂ ਦੀ ਸੁਣਨ ਦੇ ਲਈ ਕਿਸਾਨਾਂ ਦੇ ਕੋਲ ਗਏ ਵੀ ਸਨ, ਪਰ ਉਦੋਂ ਕਾਫੀ ਟਾਈਮ ਹੋ ਗਿਆ ਸੀ। ਲੋਕਾਂ ਦਾ ਕਹਿਣਾ ਸੀ ਕਿ ਜੇਕਰ ਹੰਸਰਾਜ ਹੰਸ ਵਾਕਈ ਹੀ ਕਿਸਾਨਾਂ ਦੇ ਹੱਕ ਦੇ ਵਿੱਚ ਹਨ ਤਾਂ ਉਹ ਕਾਫੀ ਸਮੇਂ ਪਹਿਲਾਂ ਕਿਸਾਨਾਂ ਦੇ ਕੋਲ ਕਿਉਂ ਨਹੀਂ ਆਏ, ਅਤੇ ਹੁਣ ਹੰਸਰਾਜ ਹੰਸ ਸਿਰਫ ਔਰ ਸਿਰਫ ਫਾਰਮੈਲਿਟੀ ਕਰਨ ਦੇ ਲਈ ਆਏ ਹਨ। ਅਤੇ ਇਹੋ ਕਾਰਨ ਹੈ ਕਿ ਹੰਸਰਾਜ ਹੰਸ ਨੂੰ ਲੋਕਾਂ ਨੇ ਉੱਥੇ ਕਾਫੀ ਕੁਝ ਬੋਲ ਕੇ ਉੱਥੇ ਤੋਂ ਭੇਜ ਦਿੱਤਾ, ਜਿਸ ਤੋਂ ਬਾਅਦ ਹੰਸਰਾਜ ਹੰਸ ਨੇ ਸ਼ਾਇਦ ਹੋ ਸਕਦਾ ਹੈ ਕਿ ਹੋਰ ਕੋਈ ਸਪੋਰਟ ਨਹੀਂ ਵੀ ਕੀਤੀ ਕਿਸਾਨਾਂ ਨੂੰ, ਪਰ ਅੱਜ ਇੱਕ ਬੀਜੇਪੀ ਦੇ ਮੈਂਬਰ ਹੋਣ ਕਾਰਨ ਹੰਸਰਾਜ ਹੰਸ ਪੰਜਾਬ ਦੇ ਲੋਕਾਂ ਦੇ ਨਾਲ ਨਹੀਂ ਖੜੇ ਹੋ ਪਾ ਰਹੇ। ਅਤੇ ਇਹੋ ਕਾਰਨ ਹੈ ਕਿ ਹੰਸਰਾਜ ਹੰਸ ਦੇ ਹੁਣ ਜਿਹੜੇ ਵੀ ਲਾਈਵ ਪ੍ਰੋਗਰਾਮ ਵੀ ਲੱਗ ਰਹੇ ਹਨ ਉਸਦੇ ਨੀਚੇ ਅਗਰ ਕਮੈਂਟਸ ਨੂੰ ਦੇਖਿਆ ਜਾਵੇ ਤਾਂ ਕਮੈਂਟਸ ਦੇ ਵਿੱਚ ਹੰਸਰਾਜ ਹੰਸ ਨੂੰ ਸਿਰਫ ਔਰ ਸਿਰਫ ਲੋਕ ਗਾਲਾਂ ਹੀ ਕੱਢ ਰਹੇ ਹਨ। ਆਓ ਤੁਹਾਨੂੰ ਦਿਖਾਉਂਦੇ ਹਾਂ ਕੁਝ ਕਮੈਂਟਸ। ਜੀ ਹਾਂ, ਇਹ ਕਮੈਂਟਸ ਨੇ ਹੰਸਰਾਜ ਹੰਸ ਨੂੰ ਲੈ ਕੇ ਜਿਸ ਦੇ ਵਿੱਚ ਕਾਫੀ ਜ਼ਿਆਦਾ ਕਹਿ ਸਕਦੇ ਕਿ ਗਾਲੀ ਗਲੋਚ ਦਾ ਸਾਹਮਣਾ ਕਰਨਾ ਪੈ ਰਿਹਾ ਹੰਸਰਾਜ ਹੰਸ ਨੂੰ, ਅਤੇ ਸਿੱਧੇ ਤੌਰ 'ਤੇ ਭਾਜਪਾ ਦੇ ਮੈਂਬਰ ਹੋਣ ਕਾਰਨ ਹੰਸਰਾਜ ਹੰਸ ਨੂੰ ਕਾਫੀ ਕੁਝ ਕਿਹਾ ਜਾ ਰਿਹਾ। ਅਤੇ ਇਸ ਪੂਰੀ ਅਪਡੇਟ ਨੂੰ ਦੇਖਣ ਤੋਂ ਬਾਅਦ ਹੁਣ ਕੀ ਤੁਹਾਨੂੰ ਵਾਕਈ ਇਹੀ ਲੱਗਦਾ ਹੈ ਕਿ ਹੰਸਰਾਜ ਹੰਸ ਦੇ ਲਈ ਇਹੋ ਜਿਹੇ ਕਮੈਂਟਸ ਸਹੀ ਹਨ? ਜੇਕਰ ਨਹੀਂ ਤਾਂ ਤੁਸੀਂ ਆਪਣੇ ਕਮੈਂਟਸ ਕੀ ਦੇਣਾ ਚਾਹੁੰਦੇ ਹੋ ਹੰਸਰਾਜ ਲਈ? ਆਪਣੇ ਵੱਲੋਂ ਆਪਣੇ ਕਮੈਂਟਸ ਕਮੈਂਟ ਬਾਕਸ ਦੇ ਵਿੱਚ ਦੇਣਾ ਨਾ ਭੁੱਲਣਾ। ਅਤੇ ਜੇਕਰ ਤੁਸੀਂ ਫਿਰ ਵੀ ਹੰਸਰਾਜ ਹੰਸ ਦੇ ਅਗੇਂਸਟ ਹੋ ਤਾਂ ਵੀ ਤੁਸੀਂ ਆਪਣੇ ਕਮੈਂਟਸ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇਣਾ। ਉਹ ਜਲਦੀ ਤੋਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਵਧੀਆ ਤੋਂ ਵਧੀਆ ਅਪਡੇਟਸ ਮਿਲਦੀਆਂ ਰਹਿਣ, ਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਬਿਲਕੁਲ ਵੀ ਨਾ ਭੁੱਲਿਓ।